ਏवन ਪੰਜਾਬੀ ਤੇ ਏवन ਨਿਊਜ਼ ਵੀ ਚਾਪ ਸਭ ਦਾ ਸਵਾਗਤ ਕਰਦੇ ਆਂ ਦੋਸਤੋ ਕੱਲ ਇੱਕ ਖਬਰ ਕੀਤੀ ਸੀ ਕਿ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀਮਾਨ ਦੇ ਬੌਂਸਰ ਨੂੰ ਕੁਝ ਲੋਕਾਂ ਨੇ ਭਜਾ-ਭਜਾ ਕੇ ਕੁੱਟਿਆ ਇਹ ਖਬਰ ਆਈ ਸੀ ਦਰਸਲ ਹੋਇਆ ਇਸ ਤਰ੍ਹਾਂ ਸੀ ਕਿ ਇੱਕ ਫੰਕਸ਼ਨ ਚੱਲ ਰਿਹਾ ਸੀ ਜਿਸ ਦੇ ਵਿੱਚ ਸ਼ੈਰੀਮਾਨ ਦੇ ਇਨੇ ਇੱਕ ਜ਼ਿਆਦਾ ਫਾਲੋਅਰਸ ਹਨ ਇਨੇ ਇੱਕ ਜ਼ਿਆਦਾ ਫੈਨਸ ਹਨ ਕਿਸੇ ਇੱਕ ਫੈਨ ਨੇ ਉਹਨਾਂ ਦੇ ਨਾਲ ਸੈਲਫੀ ਲੈਣ ਦੀ ਮਤਲਬ ਇੱਛਾ ਜ਼ਾਹਰ ਕੀਤੀ ਔਰ ਬਾਉਂਸਰ ਨੇ ਉਹਨਾਂ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ ਔਰ ਜਿਸ ਦੇ ਵਿੱਚ ਉਹਨਾਂ ਦੀ ਦਸਤਾਰ ਜਿਹੜੀ ਉਹ ਨੀਚੇ ਗਿਰ ਗਈ ਉਸ ਤੋਂ ਬਾਅਦ ਜਿੰਨੀ ਵੀ ਭੀੜ ਸੀ ਉਹ ਸਾਰੀ ਭੜ ਗਈ ਔਰ ਭੀੜ ਦੇ ਗੁੱਸੇ ਨੂੰ ਵੇਖਦਿਆਂ ਹੋਇਆਂ ਬਾਉਂਸਰ ਭੱਜ ਨਿਕਲਿਆ ਔਰ ਭੱਜਦੇ ਭੱਜਦੇ ਉਹ ਇੱਕ ਦੁਕਾਨ 'ਚ ਵੜ ਗਿਆ ਔਰ ਚਸ਼ਮਦੀਨਾ ਨੇ ਜੋ ਮੌਕੇ ਤੇ ਸੀ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਬਾਉਂਸਰ ਭੱਜਦਾ ਭੱਜਦਾ ਅੰਦਰ ਗਿਆ ਪੁਲਿਸ ਨੇ ਸ਼ਟਰ ਡਾਊਨ ਕੀਤਾ ਔਰ ਲੋਕਾਂ ਨੇ ਪੱਥਰਵਾਜ਼ੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਬੜ ਕੇ ਲੋਕਾਂ ਨੇ ਜੋ ਨੁਕਸਾਨ ਕੀਤਾ ਇਹ ਤੁਸੀਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਲੇਕਿਨ ਮੌਕੇ ਤੇ ਲੋਕਾਂ ਨੇ ਜੋ ਜੋ ਵੇਖਿਆ ਉਹਨਾਂ ਨੇ ਦੱਸਿਆ ਕੀ ਦੱਸਿਆ ਤੁਸੀਂ ਖੁਦ ਸੁਣ ਸਕਦੇ ਹੋ ਇੱਥੇ ਇਦਾਂ ਹੋਇਆ ਮੈਂ ਇੱਥੇ 버ਗਰ ਖਾਣੋਂ ਆਇਆ ਹੋਇਆ ਸੀਗਾ ਤੇ ਇੱਥੇ ਸ਼ੈਰੀਮਾਨ ਦਾ ਸ਼ੋਅ ਚੱਲ ਰਿਹਾ ਸੀ ਤੇ ਆਪਾਂ ਦੇਖਿਆ ਕਿ ਇੱਕਦਮ ਭੀੜ ਇੱਕਦਮ ਆਪਣੀ ਦੁਕਾਨ ਵੱਲ ਆ ਗਈ ਇਸੇ ਦੁਕਾਨ ਵੱਲ ਆ ਗਈ ਤੇ ਜਦੋਂ ਮਾਮਲਾ ਸਾਰਾ ਦੇਖਿਆ ਜਿਹੜੀ ਉੱਥੇ ਦੱਸਿਆ ਉਹ ਕਹਿੰਦੇ ਕਿ ਬੌਂਸਰਾਂ ਦੀ ਤੇ ਨੌਜਵਾਨਾਂ ਦੀ ਤੇ ਕੁਛ ਉਹਨਾਂ ਦੀ ਆਪਸ ਵਿੱਚ ਝੜਪ ਹੋ ਗਈ ਜਿਹਦੇ ਵਿੱਚ ਕੁਝ ਨੌਜਵਾਨਾਂ ਨੂੰ ਕੁੱਟਦਾ ਬੌਂਸਰਾਂ ਨੇ ਤੇ ਉਹ ਬੌਂਸਰ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਉਹ ਬੌਂਸਰ ਆਪਣੀ ਦੁਕਾਨ ਵੱਲ ਆਇਆ ਪੀੜ ਅੰਨੀ ਇੱਕਦਮ ਆ ਗਿਆ ਆਪਣੀ ਦੁਕਾਨ ਵੱਲ ਕਿ ਦੁਕਾਨ ਦੇ ਵਿੱਚ ਬੌਂਸਰ ਨੂੰ ਪੁਲਿਸ ਵਾਲਿਆਂ ਨੇ ਬੰਦ ਕਰਨਾ ਪਿਆ ਉਧਰ ਸ਼ਹਿਰੀ ਮਾਂ ਦਾ ਪ੍ਰੋਗਰਾਮ ਚੱਲਦਾ ਸੀ ਪ੍ਰੋਗਰਾਮ ਜੇ ਚੱਲਿਆ ਉਹ ਸਭ ਕੁਝ ਉਧਰ ਹੋ ਗਿਆ ਇਕੱਠਾ ਤੇ ਉਹ ਆਪਸ ਵਿੱਚ ਲੜ ਪਏ ਤੇ ਆਪਸ ਜੇ ਲੜੇ ਤਾਂ ਦੋ ਬੌਂਸਰਾਂ ਨੇ ਇੱਕ ਬੰਦੇ ਦੀ ਪੱਗ ਲਾਤੀ ਇੱਕ ਬੰਦੇ ਦੀ ਪੱਗ ਲਈ ਤੇ ਸਾਰੇ ਜਿਹੜੀ ਸਾਰੇ ਇਕੱਠ ਸੀ ਉਹ ਇੱਕ ਬੌਂਸਰ ਦੇ ਮਗਰ ਪੈ ਗਿਆ। ਭੱਜਦਾ ਭੱਜਦਾ ਉਹ ਇੱਧਰ ਆ ਗਿਆ ਆਪਣੇ ਆਪ ਨੂੰ ਬਚਾਉਣ ਕਰਕੇ ਇੱਧਰ ਆ ਗਿਆ ਤੇ ਪੁਲਿਸ ਖੜੀ ਸੀ ਇੱਧਰ। ਇਹ ਚਿਟੜ ਚਿੜ ਕੈਫੇ ਦੇ ਅੰਦਰ ਪੁਲਿਸਿਆਂ ਨੇ ਉਹ ਅੰਦਰ ਚਿਟੜ ਚਿੜ ਚਿੜ ਕੈਫੇ ਦੇ ਅੰਦਰ ਬੰਦ ਕਰਕੇ ਛੜਾ ਡਾਊਨ ਕਰਤਾ। ਸਾਰਾ ਇਕੱਠ ਸੀ ਇੱਧਰ ਆ ਗਿਆ ਤੇ ਜਿਹੜੇ ਪੱਥਰ ਪੱਥਰ ਬਾਜੀ ਉਹਨਾਂ ਸ਼ੁਰੂ ਕਰਤੀ ਆਪਣਾ ਜਿਹੜਾ ਟੇਬਲ ਟੂਬਲ ਹੈ ਉਹ ਵੀ ਸਾਰਾ ਤੋੜਤਾ। ਤੇ ਦੋਸਤੋ ਇਹ ਉਹ ਫੈਨ ਨੇ ਜੋ ਆਪਣੇ ਚਾਹੇਤੇ ਗਾਇਕ ਨੂੰ ਪਿਆਰ ਤੇ ਮੁਹੱਬਤ ਦੇ ਨਾਲ ਉੱਪਰ ਵੀ ਚੜਾ ਸਕਦੇ ਨੇ। ਮਤਲਬ ਦੁ ਜੇਕਰ ਜੇਕਰ ਉਹ ਹੀ ਗਾਇਕ ਇਹਨਾਂ ਤੋਂ ਅਲੱਗ ਜਾਵੇ ਜਾਂ ਇਹਨਾਂ ਦੇ ਨਾਲ ਮਿਲਣਾ ਨਾ ਚਾਹੇ ਤਾਂ ਇਹ ਫੈਨ ਉਹਨਾਂ ਨੂੰ نیچے ਵੀ ਗਿਰਾ ਸਕਦੇ ਨੇ ਹੁਣ ਵੇਖਣਾ ਇਹ ਹੈ ਕਿ ਜੋ ਬੌਂਸਰ ਇਹਨਾਂ ਦੇ ਅੜਿੱਕੇ ਚੜਿਆ ਸੀ ਉਹਨਾਂ ਦੀ ਆਉਣ ਵਾਲੇ ਸਮੇਂ ਵਿੱਚ ਕੀ ਅਪਡੇਟ ਆਉਂਦੀ ਹੈ ਫੋਰ ਨਿਊ ਅਪਡੇਟਸ ਪਲੇ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ